ਪੰਜਾਬ ਵਿੱਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੇ ਅੰਮ੍ਰਿਤਸਰ ਵਿਖੇ ਸੂਬਾ ਸਰਕਾਰ ਦੇ ਖਿਲਾਫ ਜੰਮ ਕੇ ਰੋਸ ਮੁਜ਼ਾਹਰਾ ਕੀਤਾ। ਕਾਂਗਰਸੀ ਵਰਕਰਾਂ ਵੱਲੋਂ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਵਿੱਚ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਰਾਹੀਗਰਾਂ ਨੂੰ ਮੁਫਤ ਪੱਖੀਆਂ ਵੰਡੀਆਂ ਗਈਆਂ। ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸ਼ਹਿਰ ਵਿੱਚ ਲੰਬੇ ਬਿਜਲੀ ਕੱਟ ਲੱਗ ਰਹੇ ਨੇ ਅਤੇ ਲੋਕ ਗਰਮੀ ਤੋਂ ਪਰੇਸ਼ਾਨ ਨੇ, ਅਜਿਹੇ ਵਿੱਚ ਗਰਮੀ ਤੋਂ ਬਚਣ ਲਈ ਇਹਨਾਂ ਪੱਖੀਆਂ ਦਾ ਹੀ ਸਹਾਰਾ ਬਾਕੀ ਹੈ। ਦੱਸ ਦਈਏ ਕਿ ਇੱਕ ਤਾਂ ਕਹਿਰ ਦੀ ਗਰਮੀ ਅਤੇ ਦੂਜਾ ਪਿਛਲੇ ਕੁਝ ਦਿਨਾਂ ਤੋਂ ਸੂਬੇ ਅੰਦਰ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਨੇ ਜਿੱਥੇ ਕਿਸਾਨਾਂ ਦੇ ਸਾਹ ਸੂਤੇ ਹੋਏ ਨੇ, ਉੱਥੇ ਹੀ ਆਮ ਲੋਕਾਂ ਦਾ ਵੀ ਬੁਰਾ ਹਾਲ ਕਰ ਰੱਖਿਆ। ਪੰਜਾਬ 'ਚ ਬਿਜਲੀ ਦਾ ਬੁਰਾ ਹਾਲ ਹੈ, ਉਸ ਵਾਸਤੇ ਕਰ ਰਹੇ ਹਾਂ ਕਿ ਜਿਹੜਾ ਅਕਾਲੀ ਬੀਜੇਪੀ ਸਰਕਾਰ ਨੇ ਇਲੈਕਸ਼ਨ ਨਾਲ ਪਿਛਲੇ 8 ਸਾਲ ਤੋਂ ਇਹਨਾਂ ਸਰਕਾਰ ਹੈ, ਹਰ ਸਾਲ ਇਹ ਕਹਿੰਦੇ ਨੇ ਕਿ ਪੰਜਾਬ 'ਚ ਅਸੀਂ ਬਿਜਲੀ ਸਰਪਲਸ ਕਰਾਂਗੇ ਅਤੇ ਦੂਜੇ ਦੇਸ਼ਾਂ 'ਚ ਵੇਚਾਂਗੇ। ਮੈਂ ਸਮਝਦਾ ਕਿ ਇੱਥੇ ਲੋਕਾਂ ਨੂੰ ਘਰ ਪਾਣੀ ਜੋਗਾ ਪਾਣੀ ਨਹੀਂ, ਘਰ ਆਪਣੀ ਜਿਹੜੀ ਡੇਲੀ ਨੀਡਸ ਉਹ ਨਹੀਂ ਪੂਰੀ ਕਰ ਪਾ ਰਹੇ, ਬਾਹਰ ਕੀ ਵੇਚਣਗੇ। ਸੋ ਅਸੀਂ ਲੋਕਾਂ ਨੂੰ ਇੱਕ ਪੱਖੀਆਂ ਵੰਡ ਕੇ ਅੱਜ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਅਕਾਲੀ ਬੀਜੇਪੀ ਸਰਕਾਰ ਸੈਂਟਰ 'ਚ ਬੀਜੇਪੀ ਦੀ ਸਰਕਾਰ ਬਣੀ ਹੈ, ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨੇ ਆਪਣਾ ਵਾਅਦਾ ਪੂਰਾ ਕਰਨ, ਨਹੀਂ ਇਹਨਾਂ ਨੂੰ ਪੂਰਾ ਹੁੰਦਾ ਤਾਂ ਅਸਤੀਫਾ ਦੇ ਕੇ ਇਹ ਬਾਹਰ ਆ ਜਾਣ, ਦੁਬਾਰਾ ਪੰਜਾਬ 'ਚ ਇਲੈਕਸ਼ਨ ਹੋਏ, ਕਿਸੇ ਹੋਰ ਸਰਕਾਰ ਨੂੰ ਮੌਕਾ ਦੇਣ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਸਰਕਾਰਾਂ ਦੀ ਡਿਊਟੀ ਕੀ ਹੁੰਦੀ ਹੈ। ਖਬਰੋਂ ਕੀ ਦੁਨੀਆ ਮੇ ਆਈਏ, ਹਮਾਰੇ ਸਾਥ ਕਹੀਂ ਵੀ ਔਰ ਕਭੀ ਵੀ ਜੁੜੀਏ। हम मिलेंगे फेसबुक पर, हम दिखेंगे यूट्यूब पर, हमें फॉलो कीजिए ट्विटर पर। खबरों के साथ बने रहिए रात दिन।